ਨਵਜੋਤ ਸਿੰਘ ਸਿੱਧੂ ਦੇ ਕਪਿਲ ਸ਼ਰਮਾ ਦੇ ਸ਼ੋਅ 'ਚ ਜਾਣ ਦੇ ਲੱਗ ਰਹੇ ਅੰਦਾਜ਼ਿਆਂ 'ਤੇ ਉਹਨਾਂ ਦੀ ਧਰਮ ਪਤਨੀ ਮੈਡਮ ਨਵਜੋਤ ਕੌਰ ਸਿੱਧੂ ਨੇ ਮੋਹਰ ਲਗਾ ਦਿੱਤੀ ਹੈ ਅਤੇ ਸਿੱਧੂ ਹੁਣ ਪੱਕੇ ਤੌਰ 'ਤੇ ਹੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵਿਖਾਈ ਦੇਣਗੇ। ਇਸ ਸੰਬੰਧੀ ਸਫਾਈ ਦਿੰਦਿਆਂ ਮੈਡਮ ਸਿੱਧੂ ਨੇ ਕਿਹਾ ਹੈ ਕਿ ਇੱਕ ਦਿਨ ਸ਼ੋਅ ਨੂੰ ਦੇਣਾ ਕੋਈ ਗਲਤ ਗੱਲ ਨਹੀਂ ਹੈ। ਉਹਨਾਂ ਕਿਹਾ ਹੈ ਕਿ ਇਸ ਦਾ ਅਸਰ ਨਵਜੋਤ ਸਿੰਘ ਸਿੱਧੂ ਦੇ ਕੰਮ 'ਤੇ ਨਹੀਂ ਪਵੇਗਾ। ਇਸੇ ਦੌਰਾਨ ਹੀ ਮੈਡਮ ਸਿੱਧੂ ਨੇ ਕਿਹਾ ਹੈ ਕਿ ਉਹ ਵੀ ਉਹਨਾਂ ਦੀ ਹੀ ਪ੍ਰਤੀਨਿਧੀ ਬਣ ਕੇ ਲੋਕਾਂ ਦੇ ਕੰਮ ਕਰਵਾ ਰਹੀ ਹੈ ਅਤੇ ਉਹਨਾਂ ਨੇ ਸਿੱਧੂ ਦੇ ਕੰਮ ਕੀਤੇ ਵੀ ਗਿਣਾਏ ਹਨ। ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਸਿਆਸਤ ਤੋਂ ਰੂਪੋਸ਼ ਹੋਏ ਵਿਖਾਈ ਦੇ ਰਹੇ ਹਨ। ਜਦਕਿ ਦੂਸਰੇ ਪਾਸੇ ਬੀਤੇ ਦਿਨੀ ਸੋਨੀ ਟੀਵੀ ਨੇ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦਾ ਪ੍ਰੋਮੋ ਜਾਰੀ ਕੀਤਾ ਸੀ ਜਿਸ 'ਤੇ ਸਿੱਧੂ ਦਿਖਾਈ ਦਿੱਤੇ ਸਨ। ਦੇਖੋ ਤੁਹਾਨੂੰ ਹੁਣ ਇਹ ਦੁਸ਼ਹਿਰਾ ਵਾਲਾ ਇੰਸੀਡੈਂਟ ਰੱਬ ਨਾ ਕਰੇ ਕਦੇ ਹੁੰਦਾ ਤਾਂ ਡੇਢ ਮਹੀਨਾ ਸੜਕ ਸੜਕ ਕੌਣ ਘੁੰਮਿਆ ਐਂਡ ਹਰ ਕੋਈ ਮੰਤਰੀ ਜਿਹੜਾ ਪੰਜਾਬ ਨੂੰ ਰਿਪ੍ਰੈਜੈਂਟ ਕਰਦਾ ਉਹਦੇ ਪਿੱਛੇ ਕੋਈ ਨਾ ਕੋਈ ਟੀਮ ਕੰਮ ਕਰਦੀ ਹੈ ਅਤੇ ਮੈਡਮ ਸਿੱਧੂ ਜੇ ਦਿਨ 'ਚ 8 ਘੰਟੇ ਸੜਕਾਂ 'ਤੇ ਹੁੰਦੀ ਹੈ ਤਾਂ ਉਹ ਸਿੱਧੂ ਸਾਹਿਬ ਦੀ ਰਿਪ੍ਰੈਜੈਂਟੇਟਿਵ ਹੈ ਨਾ। ਉਹ ਕੋਈ ਬਾਹਰੋਂ ਤੋਂ ਆਈ ਨਹੀਂ, ਅਲੱਗ ਸੈਲਰੀ ਨਹੀਂ ਲੈ ਰਹੀ। ਸੋ ਹਾਜ਼ਰ ਦੇ ਹਲਕੇ 'ਚ ਮੇਰੇ ਨਾਲ ਤੁਰ ਪਓ। ਕੋਈ ਬੰਦਾ ਐਸਾ ਨਹੀਂ ਜਿਹੜਾ ਕਹਿੰਦਾ ਸਿੱਧੂ ਸਾਹਿਬ ਨਹੀਂ ਆਏ ਜਾਂ ਕੋਈ ਪ੍ਰੋਗਰਾਮ 'ਤੇ ਨਹੀਂ ਜਾਂਦੇ। ਪਹਿਲਾਂ ਵੀ ਜਦੋਂ ਇੱਥੇ ਇੰਸੀਡੈਂਟ ਹੋਇਆ ਸਾਰਾ ਟਾਈਮ ਉਹਨਾਂ ਨੇ ਸੋਲਵ ਕੀਤਾ ਅਤੇ ਅੱਜ ਜਿੰਨਾ ਅੰਮ੍ਰਿਤਸਰ ਲਈ ਜਾਂ ਸਾਰੇ ਪੰਜਾਬ ਲਈ ਜਿੰਨੇ ਪੈਸੇ ਦਾ ਇੰਤਜ਼ਾਮ ਕਰ ਰਹੇ ਤਾਂ ਉਹ ਮੰਤਰੀ ਹੀ ਕਰ ਰਹੇ ਆ, ਕਿਉਂਕਿ ਉਸ ਲੈਵਲ ਦਾ ਮੰਤਰੀ ਹੈ ਜਿਹੜਾ ਇਕੱਲਾ ਆਪਣੀ ਕੰਸਟੀਚੁਐਂਸੀ ਨੂੰ ਨਹੀਂ ਡਿਵੈਲਪ ਕਰਦਾ, ਪੂਰੇ ਪੰਜਾਬ 'ਤੇ ਲੱਗਿਆ ਹੋਇਆ। ਟੂਰਿਜ਼ਮ ਦਾ ਮੰਤਰੀ ਵੀ ਹੈ ਅਤੇ ਜਿੰਨਾ ਪੈਸਾ ਉਹ ਲਏ ਆ, ਜਿੰਨੀ ਛੇਤੀ 5 ਪੁਲ ਉਹ ਪਾਸ ਕਰਾਏ ਨਾ ਯੂਨੀਅਨ ਗਵਰਨਮੈਂਟ ਤੋਂ ਜਾ ਕੇ, ਇਹ ਵੀ ਹਿਸਟਰੀ ਹੈ ਵੀ 3 ਮਹੀਨਿਆਂ ਦੇ ਅੰਦਰ ਅੰਦਰ ਇੱਕ ਮੰਤਰੀ ਜਾ ਕੇ 5 ਫਲਾਈਓਵਰ ਪਾਸ ਕਰਾਇਆ ਵੇ। ਸਪੋਰਟਸ ਪਾਰਕ ਤਾਂ ਚਲੋ ਬਣਨ ਹੀ ਲੱਗਿਆ ਜਿਹੜਾ ਕਿ ਬਹੁਤ ਦੇਰ ਦਾ ਉਹਨਾਂ ਦਾ ਰੋਕਿਆ ਗਿਆ, ਪਲੱਸ ਪੂਰੇ ਪੰਜਾਬ ਨੂੰ ਜਦੋਂ ਪੈਸਾ ਵੰਡਦੇ ਨਾ, ਅੱਜ 1500 ਕਰੋੜ ਜੇ ADB ਤੋਂ ਲੈ ਕੇ ਆਏ, 1500 ਕਰੋੜ ADB ਬੈਂਕ ਤੋਂ ਲੈ ਕੇ ਆਏ ਟੂਰਿਜ਼ਮ ਦੇ ਪ੍ਰੋਜੈਕਟਸ ਦੇ ਲਈ, ਤਾਂ ਉਹ ਮੰਤਰੀ ਉਹੀ ਲੈ ਕੇ ਆਇਆ ਐਂਡ ਉਹ ਦਿਨ ਰਾਤ ਕੰਮ ਕਰਦਾ, 20 ਘੰਟੇ ਕੰਮ ਕਰਦਾ, ਤਾਂ ਉਹ ਉੱਥੋਂ ਪੈਸੇ ਲੈ ਕੇ ਆਉਂਦਾ। ਜੇ ਸਮਾਰਟ ਸਿਟੀ ਦੇ ਪੈਸੇ ਲੈ ਕੇ ਆਇਆ ਤਾਂ ਵੀ ਹਰਦੀਪ ਪੁਰੀ ਜੀ ਨੂੰ ਮਿਲ ਕੇ 600 ਕਰੋੜ ਉਹੀ ਮੰਤਰੀ ਲੈ ਕੇ ਆਇਆ, ਜਿਹੜਾ ਪਿਛਲੀ ਸਰਕਾਰਾਂ 'ਚ ਪੈਸਾ ਨਹੀਂ ਆਇਆ ਕਿਉਂਕਿ ਸਟੇਟ ਗਵਰਨਮੈਂਟ ਨੇ ਆਪਣਾ ਹਿੱਸਾ ਨਹੀਂ ਪਾਇਆ। ਲੋਕਾਂ ਦਾ ਕਹਿਣਾ ਫਿਰ ਜਾ ਰਹੇ ਹਨ, ਅਸੀਂ ਜਾਂ ਤਾਂ ਘਪਲੇ ਕਰ ਲਈਏ ਅਤੇ ਜਾਂ ਕਮਾਈ ਕਰ ਲਈਏ ਅਤੇ ਘਰ ਵੇਚ ਕੇ ਪਿਛਲੇ ਵਾਲੇ ਟਾਈਮ 'ਚ, ਜਾਂ ਤਾਂ ਇਹ ਹੈ ਵੀ ਆਪਣੀ ਪ੍ਰੋਪਰਟੀ ਵੇਚ ਕੇ ਰੋਟੀ ਖਾ ਲਈਏ, ਹੋਰ ਕੋਈ ਕੰਮ ਤਾਂ ਹੈ ਨਹੀਂ। ਮੈਂ ਆਪਣੀ ਮੈਡੀਕਲ ਲਾਈਨ ਛੱਡ ਦਿੱਤੀ ਅਤੇ ਕੋਈ ਬੰਦਾ ਇੱਕ ਸੈਟਰਡੇ ਦੀ ਨਾਈਟ ਅਤੇ ਸੰਡੇ ਮੋਰਨਿੰਗ ਵਾਪਸ ਆ ਕੇ ਆਪਣਾ ਕੰਮ ਕਰ ਲੈਂਦਾ ਤਾਂ ਮੈਨੂੰ ਨਹੀਂ ਲੱਗਦਾ ਉਸ 'ਚ ਕਿਸੇ ਵੀ ਬੰਦੇ ਨੂੰ ਕੋਈ ਪ੍ਰੋਬਲਮ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।